ਨਮਸਕਾਰ ਓਮ ਸ਼ਾਂਤੀ ਤੇ ਨਾਲੇ ਸਸਰੀਆਕਾਲ ਅੱਜ ਫਿਰ ਤੁਹਾਡੇ ਵਰਗੋਂ ਅਸੀਂ ਕੁਝ ਪ੍ਰਸ਼ਨ ਲੈ ਕੇ ਆਏ ਆਂ ਪ੍ਰਸ਼ਨ ਜੀਵਨ ਚ ਬਹੁਤ ਜ਼ਰੂਰੀ ਹੈ ਹਰ ਇੱਕ ਪ੍ਰਸ਼ਨ ਸਾਡੇ ਜੀਵਨ ਨੂੰ ਹੱਲ ਦੇ ਕੇ ਜੀਵਨ ਨੂੰ ਸੰਦੇਸ਼ ਲੈ ਕੇ ਲੈ ਕੇ ਆਂਦਾ ਹੈ ਅੱਜ ਗੱਲ ਕਰਾਂਗੇ ਕਿ ਕਿੱਦਾਂ ਅਸੀਂ ਆਪਣੇ ਜੀਵਨ ਚ ਪ੍ਰਸ਼ਨ ਉਤਪੰਨ ਕਰਦੇ ਕੀ ਕਿਉਂ ਹੁੰਦਾ ਕੀ ਹੁੰਦਾ ਕਿੱਦਾਂ ਹੁੰਦਾ ਇਹ ਕਾ ਨੂੰ ਹੋਇਆ ਇਹ ਹਰ ਇੱਕ ਵਿਅਕਤੀ ਆਪਣੇ ਆਪ 'ਚ ਪੁੱਛਦਾ ਲੇਕਿਨ ਇਹਨਾਂ ਦਾ ਉੱਤਰ ਦੇਣੇ ਵਾਸਤੇ ਕੋਈ ਨਾ ਕੋਈ ਇਨਸਾਨ ਵਿਅਕਤੀ ਜਾਂ ਸਾਡਾ ਕੋਈ ਬਜ਼ੁਰਗ ਜਾਂ ਸਾਡੇ ਕੋਈ ਅਨੁਭਵੀ ਵਿਅਕਤੀ ਸਾਡੇ ਕੋਲ ਜ਼ਰੂਰ ਹੁੰਦੇ ਪਰ ਜ਼ਰੂਰੀ ਹੁੰਦਾ ਕਿ ਅਸੀਂ ਉਹਨਾਂ ਤੇ ਇਹ ਪ੍ਰਸ਼ਨ ਕਿੱਦਾਂ ਪੁੱਛੀਏ ਸਾਡੇ ਪ੍ਰਸ਼ਨ ਦਾ ਉੱਤਰ ਦੇਣੇ ਵਾਸਤੇ ਸਾਡੇ ਇਸ ਕਾਰਜਕ੍ਰਮ 'ਚ ਸਤਿਗੁਰੂ ਕਰਤਾਪੁਰਖ ਚ ਪੁਧਾਰੇ ਆ ਸਾਡੇ ਨਿਰਵੇਰ ਪਾਈ ਆਏ ਸਵਾਗਤ ਕਰਦੇ ਆ ਸਾਡੇ ਨਿਰਵੀਰ ਪਾਈ ਸਾਹਿਬ ਦਾ ਪਾਜੀ ਤੁਹਾਡਾ ਸਤਿਗੁਰੂ ਕਰਤਾ ਪ੍ਰਖਸ਼ ਬਹੁਤ ਬਹੁਤ ਸਵਾਗਤ ਆ ਧੰਨਵਾਦ ਜੀ ਪਾਜੀ ਹਾਂਜੀ ਪਾਜੀ ਅੱਜ ਪ੍ਰਸ਼ਨ ਇਹ ਹੈ ਕਿ ਹਰ ਇੱਕ ਵਿਅਕਤੀ ਹਰ ਇੱਕ ਘਟਨਾ ਵਾਸਤੇ ਹਰ ਇੱਕ ਕਾਰਜ ਵਾਸਤੇ ਹਰ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਕੋਈ ਆਪਣਾ ਵਿਸ਼ੇਸ਼ ਵਿਅਕਤੀ ਹੁੰਦਾ ਉਹਦੇ ਵਾਸਤੇ ਚਿੰਤਾ ਕਰਦਾ ਕਿਆ ਇਹ ਚਿੰਤਾ ਕਰਨਾ ਜ਼ਰੂਰੀ ਹੈ ਅਗਰ ਅਸੀਂ ਚਿੰਤਾ ਨਹੀਂ ਕਰਗੇ ਤਾਂ ਫਿਰ ਸਾਡਾ ਕਾਰੇ ਕਿਦਾਂ ਸਫਲ ਹੋਊਗਾ ਫਿਰ ਚਿੰਤਨ ਕਿਆ ਜ਼ਰੂਰੀ ਰੱਖਦਾ ਸਾਡੇ ਜੀਵਨ ਚ ਬੜੀ ਮਾਮੂਲੀ ਜੀ ਗੱਲ ਹੈ ਇਹ ਤੇ ਜੀ ਬਾਜੀ ਜਦੋਂ ਕੋਈ ਵੀ ਕੰਮ ਕਰਨਾ ਹੀ ਤੇ ਕੁਝ ਕੰਮ ਹੈਗੇ ਆ ਜਿਹੜੇ ਅਸੀਂ ਨਿਤਕਰਮ ਜਿਹੜਾ ਨੂੰ ਕਹਿੰਨੇ ਆ ਸਵੇਰੇ ਤੋਂ ਸ਼ਾਮ ਤਾਈਂ ਜੀ ਸਵੇਰੇ ਨਹਾਉਣਾ ਤੋਂ ਨਹੀਂ ਨਾਸ਼ਤਾ ਕਰਨਾ ਹੀ ਦਿਨੇ ਭੋਜਨ ਕਰਨਾ ਹੀ ਰਾਤੀ ਭੋਜਨ ਕਰਨਾ ਹੀ ਇਨ ਬਿਟਵੀਨ ਅਗਰ ਕੁਛ ਚਾਹੀਦਾ ਤੇ ਚਾਹ ਪਾਣੀ ਪੀਣਾ ਹੀ ਉਹਦੇ ਵਾਸਤੇ ਕੋਈ ਚਿੰਤਨ ਕਰਨ ਦੀ ਗੱਲ ਹੀ ਨਹੀਂ ਹੁੰਦੀ ਆ ਕਿਉਂਕਿ ਉਹ ਇੱਕ ਸੈਟ ਰੁਟੀਨ ਹੈ ਲੇਕਿਨ ਜਦੋਂ ਕੋਈ ਨਈ ਗੱਲ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਨੇ ਕੋਈ ਨਵਾਂ ਆਪਣਾ ਕਾਰੋਬਾਰ ਕਰਨਾ ਹੈ ਬਿਜ਼ਨਸ ਕਰਨਾ ਹੈ ਤੇ ਉਹਦੇ ਵਾਸਤੇ ਉਹ ਚਿੰਤਾ ਨਹੀਂ ਕਾਂਗੇ ਉਹਦੇ ਵਾਸਤੇ ਚਿੰਤਨ ਕਰਨਾ ਪੈਂਦਾ ਹੈ ਵਿਚਾਰ ਕਰਨਾ ਪੈਂਦਾ ਹੈ ਉਹਦੀ ਪਲੈਨਿੰਗ ਕਰਨੀ ਪੈਂਦੀ ਹੈ ਔਰ ਪਲੈਨਿੰਗ ਅਗਰ ਠੀਕ ਢੰਗ ਨਾਲ ਹੋ ਜਾਂਦੀ ਹੈ ਉਹਦੇ ਵਾਸਤੇ ਹੋ ਸਕਦਾ ਇਕੱਲੇ ਖੁਦ ਨਾ ਕਰ ਸਕੇ ਤੇ ਫਿਰ ਜੋ ਐਕਸਪਰਟ ਹੁੰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਗਾਈਡੈਂਸ ਲੈ ਕਰਕੇ ਔਰ ਫਿਰ ਉਸ ਚੀਜ਼ ਨੂੰ ਜਦੋਂ ਅੱਛੀ ਤਰ੍ਹਾਂ ਵਿਵਸਥਿਤ ਢੰਗ ਨਾਲ ਤੁਸੀਂ ਕਰਨਗੇ ਉਹ ਤੇ ਤੁਹਾਨੂੰ ਚਿੰਤਾ ਨਹੀਂ ਹੋਏਗੀ ਬਲਕਿ ਬੜੇ ਆਰਾਮ ਨਾਲ ਸਾਰਾ ਕੰਮ ਕਰ ਸਕਣਗੇ ਔਰ ਉਹਦਾ ਤੁਹਾਨੂੰ ਬਹੁਤ ਬਹੁਤ ਲਾਭ ਮਿਲ ਸਕਦਾ ਹੈ ਔਰ ਕਿਸੇ ਵਿਅਕਤੀ ਵਾਸਤੇ ਜਿੱਦਾਂ ਕੋਈ ਮੇਰਾ ਭਾਈ ਹੈ ਜਾਂ ਮੇਰਾ ਬੇਟਾ ਹੈ ਜਾਂ ਮੇਰਾ ਪਤੀ ਹੈ ਉਹ ਸਭ ਚਿੰਤਾ ਕਰਦੇ ਤਾਂ ਕਿਉਂ ਉਹਨਾਂ ਵਾਸਤੇ ਚਿੰਤਾ ਕਰਨੀ ਚਾਹੀਦੀ ਨਿੱ ਕਿਸ ਗੱਲ ਦੀ ਚਿੰਤਾ ਕਰਦੇ ਕਿ ਉਹ ਸੈਟਲ ਨਹੀਂ ਹੁੰਦਾ ਉਹ ਬਿਮਾਰ ਹੈ ਉਹ ਮਤਲਬ ਉਹਦਾ ਇੰਤਜ਼ਾਮ ਕਰਨਾ ਪਏਗਾ ਨਾ ਅੱਛਾ ਅਗਰ ਕੋਈ ਸੈਟਲ ਨਹੀਂ ਹੈ ਤੇ ਉਹਨੂੰ ਸੈਟਲ ਕਰਨ ਵਾਸਤੇ ਵਿਚਾਰ ਕਰਨਾ ਪਏਗਾ ਅਗਰ ਕਿਸੇ ਦੀ ਤਬੀਅਤ ਖਰਾਬ ਹੈ ਤੇ ਉਹ ਅੱਛੇ ਤੇ ਅੱਛੇ ਡਾਕਟਰ ਦੀ ਉਹਦੀ ਟਰੀਟਮੈਂਟ ਹੋਣੀ ਚਾਹੀਦੀ ਹੈ ਅਗਰ ਹਸਪਟਲਾਈਜੇਸ਼ਨ ਦੀ ਜ਼ਰੂਰਤ ਹੈ ਤੇ ਹਸਪਤਾਲ ਚ ਲੈ ਜਾਣਾ ਪਏਗਾ ਲੇਕਿਨ ਇਹ ਥੋੜਾ ਜਿਹਾ ਹੈ ਕਿ ਅੱਜਕਲ ਜ਼ਰਾ ਕਿਹੜੇ ਹਸਪਤਾਲ ਚ ਲੈ ਜਾਈਏ ਕਈ ਹਸਪਤਾਲ ਹੁੰਦੇ ਆ ਤੋ ਉਹ ਫਿਰ ਤੁਹਾਡੇ ਜਿਹੜੇ ਕੋਈ ਜਾਣ ਪਹਿਚਾਨ ਵਾਲੇ ਅੱਛੇ ਅ ਮਦਦਗਾਰ ਕੋਈ ਹੋਣ ਉਹਨਾਂ ਤੋਂ رائے ਲੈ ਕਰਕੇ ਅੱਛੇ ਡਾਕਟਰ ਕੋਲ ਅੱਛੇ ਹਸਪਤਾਲ ਚ ਲੈ ਜਾਓ ਤਾਂ ਕਿ ਸਮੇਂ ਤੇ ਠੀਕ ਦਵਾਈ ਹੋ ਜਾਏ ਠੀਕ ਇਲਾਜ ਹੋ ਜਾਏ ਕਿਉਂਕਿ ਜੀਵਨ ਬੜੀ ਅਮੁੱਲ ਹੈਗੀ ਹੈ ਔਰ ਇਹਦੇ ਵਾਸਤੇ ਸਾਨੂੰ ਬਹੁਤ ਹੀ ਸਤਰਕ ਰਹਿਣ ਦੀ ਲੋੜ ਹੈ ਜੀ ਹਾਂਜੀ ਜੀ ਪਾਜੀ ਅਗਲਾ ਕੁਐਸਚਨ ਇਦਾਂ ਹੈ ਕਿ ਸਤਯੁਗ ਦੁਆਪਰ ਕਾਲਯੁਗ ਤ੍ਰੇਤਾ ਕੁਝ ਇਦਾਂ ਕਰਕੇ ਆਂਦੇ ਤਾਂ ਕੀ ਸਤਯੁਗ ਚ ਅਕਾਲੇ ਮ੍ਰਿਤਿਉ ਨਹੀਂ ਹੁੰਦੀ ਔਰ ਨਹੀਂ ਹੁੰਦੀ ਤਾਂ ਕੀ ਅਰਥ ਹੈ ਸਤ ਤੁਸੀਂ ਪਹਿਲੇ ਇਹਨੂੰ ਠੀਕ ਤਰ੍ਹਾਂ ਅਗਰ ਵਰਣਨ ਕਰ ਲਗੇ ਉਹ ਤੇ ਹੋ ਜ਼ਿਆਦਾ ਅੱਛਾ ਹੀ ਜੀ ਸਤਯੁਗ ਤ੍ਰੇਤਾ ਯੁਗ ਦਵਾਪੁਰ ਯੁਗ ਕਲ ਯੁਗ ਔਰ ਫਿਰ ਪੁਰਸ਼ੋਤਮ ਸੰਗਮ ਯੁਗ ਜੀ ਤੇ ਪੁਰਸ਼ੋਤਮ ਸੰਗਮ ਯੁਗ ਤੇ ਜਦੋਂ ਸਵੈਮ ਪਰਮਾਤਮਾ ਇਸ ਸ੍ਰਿਸ਼ਟੀ ਤੇ ਅਵਤਰਿਤ ਹੁੰਦੇ ਨੇ ਔਰ ਉਹ ਆ ਕਰਕੇ ਜਦੋਂ ਸਭ ਤੋਂ ਸ੍ਰੇਸ਼ਟ ਗਿਆਨ ਸਾਨੂੰ ਦਿੰਦੇ ਆ ਔਰ ਸ਼੍ਰੀਮਤ ਦਿੰਦੇ ਆ ਤੇ ਸ਼੍ਰੀਮਤ ਦਿੰਦੇ ਆ ਸਾਨੂੰ ਸ੍ਰੇਸ਼ਟ ਕਰਮ ਸਿਖਾਉਂਦੇ ਆ ਔਰ ਸ੍ਰੇਸ਼ਟ ਕਰਮਾਂ ਦੇ ਫਲ ਸਰੂਪ ਮਨੁਸਤੋਂ ਦੇਵਤਾ ਬਣ ਜਾਂਦੇ ਆ ਤੇ ਜਦੋਂ ਮਨੁਸਤੋਂ ਦੇਵਤਾ ਬਣ ਜਾਂਦੇ ਆ ਤੇ ਦੇਵਤਾ ਸਤਿਯੁਗ ਚ ਹੁੰਦੇ ਆ ਸਤਿਯੁਗ ਚ ਰਾਜ ਵੀ ਕਰਦੇ ਆ ਸਤਿਯੁਗ ਚ ਚਲੋ ਨਾ ਹੀ ਸਭ ਰਾਜ ਕਰਨ ਕੋਈ ਵੀ ਹੋਣ ਤੇ ਸਤਿਯੁਗ ਚ ਭਾਵੇਂ ਕੋਈ ਰਾਜਾ ਹੀ ਭਾਵੇਂ ਕੋਈ ਪ੍ਰਜਾ ਹੀ ਲੰਬੀ ਆਯੂ ਹੈਗੀ ਹੈ 150 ਸਾਲ ਉਮਰ ਹੈਗੀ ਹੈ ਔਰ ਉੱਥੇ ਕਿਉਂਕਿ ਕੋਈ ਇਹੋ ਜੀ ਬਿਮਾਰੀ ਨਹੀਂ ਹੈ ਕੋਈ ਖਰਾਬ ਗੱਲਾਂ ਨਹੀਂ ਹੈ ਪੰਜ ਤੱਤ ਜਿਹੜੇ ਆ ਉਹ ਬੜੇ ਸਤੋ ਪ੍ਰਦਾਨ ਹੈਗੇ ਆ ਔਰ ਮਨੁਸਾਤਮਾ ਵੀ ਜਿੰਨੇ ਉੱਥੇ ਦੇਵੀ ਦੇਵਤਾ ਰੂਪ ਚ ਹੋਣਗੇ ਉਹ ਸਭ ਸਤਵਿਕ ਸੁਭਾਅ ਦੇ ਹੋਣਗੇ ਕਿਸੇ ਦੇ ਮਨ ਚ ਦੁਰਭਾਵਨਾ ਕਦੀ ਨਹੀਂ ਹੋਏਗੀ ਤੇ ਇਸ ਕਰਕੇ ਸਤਿਉਕ ਚ ਆਇਉ ਲੰਬੀ ਹੁੰਦੀ ਹੈ ਔਰ ਬਿਲਕੁਲ ਸਵਸਥ ਰਹਿੰਦੇ ਆ ਖੁਸ਼ ਰਹਿੰਦੇ ਆ ਮੌਚ ਰਹਿੰਦੇ ਆ ਕੋਈ ਚੀਜ਼ ਦੀ ਕਮੀ ਨਹੀਂ ਹੁੰਦੀ ਹੈ ਇਸ ਕਰਕੇ ਸਤਿ ਯੁਗ ਚ ਆਯੂ ਵੀ ਲੰਬੀ ਹੈਗੀ ਹੈ ਔਰ 150 ਸਾਲ ਦੀ ਐਵਰੇਜ ਏਜ ਮੰਨੀ ਜਾਂਦੀ ਹੈ ਔਰ ਜਦੋਂ ਸ਼ਰੀਰ ਪੁਰਾਣਾ ਹੋ ਜਾਂਦਾ ਬਜ਼ੁਰਗ ਹੋ ਜਾਂਦੇ ਤੇ ਆਤਮਾ ਨੂੰ ਅਭਾਸ ਆਉਂਦਾ ਇਹ ਕਿ ਹੁਣ ਚੋਲਾ ਬਦਲ ਨਹੀਂ ਸ਼ਰੀਰ ਨੂੰ ਚੋਲਾ ਵੀ ਮੰਨਿਆ ਜਾਂਦਾ ਹੈ ਤੇ ਫਿਰ ਆਪਣੀ ਸੋਈ ਇੱਛਾ ਨਾਲ ਸਰੀਰ ਤੋਂ ਆਤਮਾ ਅਲੱਗ ਹੋ ਕਰਕੇ ਔਰ ਨਏ ਜਨਮ ਚ ਚਲੀ ਜਾਂਦੀ ਆ ਕਿਉਂਕਿ ਸਤਿਯੁਗ ਚ 1250 ਵਰਸ਼ ਚ ਅੱਠ ਜਨਮ ਹੁੰਦੇ ਆ ਜੀ ਔਰ ਦਵਾਪਰ ਚ ਜਿਹੜੀ ਅਕਾਲੇ ਮ੍ਰਿਤਿ ਹੁੰਦੀ ਦਵਾਪੁਰ ਚ ਵੀ ਅਕਾਲੇ ਮ੍ਰਿਤਿ ਨਹੀਂ ਹੁੰਦੀ ਕਿਸ ਨੇ ਕਿਹਾ ਇਹ ਕੁਝ ਪ੍ਰਸ਼ਨ ਇਦਾਂ ਆਇਆ ਤਾਂ ਨਹੀਂ ਦਵਾਪੁਰ ਚ ਵੀ ਕੋਈ ਅਕਾਲੇ ਮ੍ਰਿਤਿ ਨਹੀਂ ਹੁੰਦੀ ਇਹ ਤੁਹਾਨੂੰ ਬੜੀ ਖੁਸ਼ੀ ਹੋਏਗੀ ਸੁਣਨ ਕਰਕੇ ਕਿ ਜਦੋਂ ਪਰਮਾਤਮਾ ਇਸ ਸ੍ਰਿਸ਼ਟੀ ਤੇ अवतरित ਹੁੰਦੇ ਆਂ ਆਹੀਂ ਕਿ ਨੇ ਸ਼ਿਵ ਬਾਬਾ ਆਕਰਕੇ ਬ੍ਰਹਮਾ ਮੁਖ ਦੁਆਰਾ ਜਦੋਂ ਗਿਆਨ ਦਿੰਦੇ ਆ ਤੇ ਉਹਦੇ ਫਲ ਸ্বরূপ ਬਾਬਾ ਨੇ ਹੀ ਕਿਹਾ ਈ ਕਿ ਸਤਿਯੁਗ ਤ੍ਰੇਤਾ ਇਹਦੇ 'ਚ ਤੇ ਬਿਲਕੁਲ ਕੋਈ ਵੀ ਨੈਗੇਟਿਵ ਗੱਲਾਂ ਹੈ ਹੀ ਨਹੀਂ ਪੰਜ ਵਿਕਾਰ ਹੀ ਨਹੀਂ ਹੈਗੇ ਆ। ਦਵਾਪੁਰ ਜਿਹੜਾ ਇਹ ਉਹਦੇ 'ਚ ਸ਼ੁਰੂਆਤ ਹੁੰਦੀ ਆ ਥੋੜੀ-ਥੋੜੀ ਨੈਗੇਟਿਵਿਟੀ ਦੀ। ਇਸ ਕਰਕੇ ਦਵਾਪੁਰ 'ਚ ਵੀ ਕੋਈ ਬਿਮਾਰੀਆਂ ਨਹੀਂ ਐ ਕੋਈ ਦੁੱਖ ਨਹੀਂ ਐ ਕੋਈ ਅਸ਼ਾਂਤੀ ਨਹੀਂ ਐ ਲੇਕਿਨ ਜਿਹੜਾ ਉਹ ਇੱਕਦਮ ਸਤੋ ਪ੍ਰਧਾਨ ਜਾਂ ਸਤੋਸ਼ ਆਪਣੀ ਸਥਿਤੀ ਹੁੰਦੀ ਐ। ਉਹ ਰਜੋਚ ਆ ਜਾਂਦੀ ਹੈ ਹੂੰ ਤੇ ਇਸ ਕਰਕੇ ਆਇਉ ਥੋੜੀ ਘਟ ਜਾਂਦੀ ਹੈ ਉੱਥੇ ਲਗਭਗ 100 ਸਾਲ ਆਇਉ ਹੁੰਦੀ ਹੈ ਹਾਂਜੀ ਜੀ ਅਗਰ ਕਿਸੇ ਦੁਰਘਟਨਾ ਚ ਸਾਡਾ ਸਰੀਰ ਛੁੱਟ ਜਾਂਦਾ ਤਾਂ ਮਤਲਬ ਕੋਈ ਆਤਮਾ ਸਰੀਰ ਛੱਡ ਦਿੰਦੀ ਤਾਂ ਕੀ ਉਹ ਆਤਮਾ ਭਟਕਦੀ ਵੈਸੇ ਤੇ ਨਿਯਮ ਪ੍ਰਕਿਰਤੀ ਦਾ ਇਹ ਹੈ ਕਿ ਜਦੋਂ ਕੋਈ ਵੀ ਸਰੀਰ ਛੱਡਦਾ ਕਿਸੇ ਵੀ ਕਾਰਨ ਤੇ ਤੂੰ ਦੇ ਵਾਸਤੇ ਆਤਮਾ ਦੇ ਵਾਸਤੇ ਪਹਿਲੇ ਹੀ ਉਹਦੇ ਅਗਲੇ ਜਨਮ ਦਾ ਹਿਸਾਬ ਕਿਤਾਬ ਜਿੱਥੇ ਹੋਏਗਾ ਉੱਥੇ ਉਹ ਤਿਆਰੀ ਹੋਏਗੀ ਉਹ ਆਤਮਾ ਉੱਥੇ ਜਾ ਕੇ ਪ੍ਰਵੇਸ਼ ਕਰੇਗੀ ਲੇਕਿਨ ਬਾਈ ਚਾਂਸ ਕਲ ਬਾਬਾ ਦੇ ਮੁਰਲੀ ਚ ਸੀ ਕਿ ਅਗਰ ਕੋਈ ਬਾਈ ਚਾਂਸ ਇਹੋ ਜੀ ਘਟਨਾ ਹੁੰਦੀ ਹੈ ਅਚਾਨਕ ਹੁੰਦੀ ਹੈ ਹੋ ਸਕਦਾ ਥੋੜਾ ਟਾਈਮ ਵਾਸਤੇ ਉਹ ਆਤਮਾ ਜਿੱਥੇ ਜਨਮ ਲੈਣਾ ਹੈ ਤੇ ਉਹਦੇ ਕੀ ਕਹੀਏ ਉਹਨੂੰ ਉਹਨੂੰ ਖੋਜ ਕਰਨੋ ਚ ਥੋੜਾ ਟਾਈਮ ਲੱਗ ਸਕਦਾ ਹੈ ਲੇਕਿਨ ਆਤਮਾ ਪੁਨਰ ਜਨਮ ਲੈਂਦੀ ਹੈ ਔਰ ਪੁਨਰ ਜਨਮ ਵਾਸਤੇ ਫਿਰ ਪ੍ਰਵੇਸ਼ ਕਰਦੀ ਹੈ ਇਹੋ ਜੇ ਕਈ ਬੱਚਿਆਂ ਦੇ ਸਾਨੂੰ ਕੀ ਕਹਿੰਦੇ ਅਨੁਭਵ ਸੁਣੇ ਆ ਕਿ ਉਹ ਕਿਸ ਤਰ੍ਹਾਂ ਪਹਿਲੇ ਜਿਸ ਘਰ ਚ ਹੈਗੇ ਸੀ ਐਕਸੀਡੈਂਟ ਚ ਡੈਥ ਹੋ ਗਈ ਆਪਣੀ ਮਾਸੀ ਦੇ ਕੋਲ ਆ ਕੇ ਜਨਮ ਲੈ ਲਿਆ ਲੇਕਿਨ ਫਿਰ ਮਾਸੀ ਦੇ ਕੋਲ ਹੁੰਦੇ ਹੋਏ ਵੀ ਜੋ ਪਹਿਲੀ ਮਾਂ ਸੀ ਉਹਦੀ ਤਰਫ ਜ਼ਿਆਦਾ ਖਿਚਾਅ ਰਹਿੰਦਾ ਸੀ ਤੇ ਇਹੋ ਜੀਆਂ ਗੱਲਾਂ ਹੈਗੀਆਂ ਲੇਕਿਨ ਅਸੀਂ ਦੇਖਿਓ ਬਾਬਾ ਦੇ ਬੱਚੇ ਆ ਤੇ ਅਸੀਂ ਇਹ ਐਕਸਪੈਕਟ ਨਹੀਂ ਕਰਦੇ ਆਂ ਹੀ ਨਹੀਂ ਚਾਹੁੰਦੇ ਕਿ ਅਕਾਲੇ ਮਰਤੀ ਹੋਏ ਸਵਭਾਵਿਕ ਨੇਚਰਲ ਅਗਰ ਸਾਰਾ ਸਿਸਟਮ ਚੱਲਦਾ ਹੀ ਅਸੀਂ ਅੱਛੀ ਤਰ੍ਹਾਂ ਆਪਣੀ ਜੀਵਨ ਜਿਹੜੀ ਆ ਉਹਨੂੰ ਵਿਵਸਥਿਤ ਢੰਗ ਨਾਲ ਚਲਾਉਨੇ ਆ ਤੇ ਆਪਣੇ ਸਮੇਂ ਤੇ ਆਰਾਮ ਨਾਲ 바ਬਾ ਦੀ ਯਾਤ ਸਰੀਰ ਛੱਡਾਂਗੇ ਤੇ ਫਿਰ ਅਗਲੇ ਜਨਮ ਚ ਵੀ ਬੜੇ ਅੱਛੀ ਤਰ੍ਹਾਂ ਅੱਛੇ ਘਰ ਚ ਜਨਮ ਲਾਂਗੇ ਔਰ ਅੱਛੇ ਕਰਮ ਵੀ ਕਰਾਂਗੇ ਜਿਹੜੇ ਸਾਡੇ ਮਾ ਮਾਂ ਬਾਪ ਹੋਣਗੇ ਉਹ ਵੀ ਗਿਆਨ ਚ ਆ ਜਾਣਗੇ ਫਿਰ ਜਿਸ ਤਰ੍ਹਾਂ ਅਸੀਂ ਤਿੰਨ ਤਿੰਨ ਦਿਨ ਪਹਿਲੇ ਆਪਣੀ ਮੋहिनी ਬੇਨ ਦੇ ਬਾਰੇ ਚ ਸੰਦੇਸ਼ੀ ਦੇ ਦੁਆਰਾ ਜੋ ਸੰਦੇਸ਼ ਸੁਣਿਆ ਸੀ ਤੇ ਉਹਦੇ ਚ ਖਾਸ ਉਹ 4 ਸਾਲ ਹੋ ਗਏ ਸੀ ਉਹਨਾਂ ਨੂੰ ਸਰੀਰ ਛੱਡੇ ਹੋਏ ਤੇ ਉਹਨਾਂ ਨੇ ਬਾਰੇ ਦੱਸਿਆ ਸੀ ਕਿ ਜਿਸ ਘਰ ਚ ਉਹ ਆਤਮਾ ਨੇ ਜਨਮ ਲਿਆ ਬਹੁਤ ਅੱਛੀ ਧਾਰਮਿਕ ਪ੍ਰਵਿਰਤੀ ਦੀ ਫੈਮਿਲੀ ਔਰ ਮਾਪੇ ਵੀ ਬਹੁਤ ਹੀ ਅੱਛੇ ਹਰ ਤਰ੍ਹਾਂ ਸੰਪਨ ਔਰ ਫਿਰ ਉਹ ਬੱਚੀ ਨੂੰ ਵੀ ਬੜੇ ਪਿਆਰ ਨਾਲ ਪਾਲ ਰ ਰਹੇ ਨੇ ਔਰ ਬੱਚੀ ਨੇ ਜਦੋਂ ਤੋਂ ਜਨਮ ਲਿਆ ਉਹਨਾਂ ਦੇ ਕੋ ਤੇ ਉਹ ਵੀ ਗਿਆਨ ਚਾਹ ਕਰਕੇ ਗਿਆਨ ਦੀਆਂ ਗੱਲਾਂ ਸੁਣਦੇ ਆ ਆਪਣੇ ਜੀਵਨ ਚ ਪਵਿੱਤਰਤਾ ਦੀ ਧਾਰਨਾ ਕਰਕੇ ਔਰ ਬੜਾ ਹੀ ਅੱਛਾ ਵਾਈਓ ਮੰਡਲ ਬਣਾਇਆ ਹੈ ਘਰ ਦਾ ਤੇ ਇਹ ਗੱਲਾਂ ਜਿਹੜੀਆਂ ਹੀ ਥੋੜ੍ਹੀਓ ਸਵੀਕਾਰ ਕਰਨੀਆਂ ਪੈਂਦੀਆਂ ਹੀ ਅੱਛਾ ਰਹੇਗਾ ਕਿ ਅਸੀਂ ਥੋੜ੍ਹਾ ਆਪਣੇ ਉੱਪਰ ਧਿਆਨ ਰੱਖੀਏ ਬਸ ਆਪਣੀ ਘੋਟ ਤੇ ਨਸ਼ਾ ਚੜੇ ਮੋਹਿਨੀ ਦੀਦੀ ਰਹਿ ਬਾਰੇ ਦੀਦੀ ਤੁਸੀਂ ਜਿਹੜਾ ਸਾਥ ਸਮੇਂ ਵਿਅਤਿਤ ਕੀਤਾ ਥਾ ਉਦੇ ਬਾਰੇ ਚ ਥੋੜਾ ਅਨੁਭਵ ਸੁਣਾਓ ਦੇਖੋ ਦੀਦੀ ਮਨਮੋਇਨੀ ਉਹ ਦੀਦੀ ਮੋਇਨੀ ਬਾਬਾ ਦੇ ਯੱਗ ਚ 12 ਸਾਲ ਦੀ ਉਮਰ ਚ ਆ ਗਈ ਸੀ ਔਰ 12 ਸਾਲ ਦੀ ਉਮਰ ਚ ਆ ਕਰਕੇ ਮਧੂਵਨ ਪਹੁੰਚੀ ਔਰ ਮਧੂਵਨ ਚ ਬਾਬਾ ਔਰ ਮम्मा ਉਹਨਾਂ ਦੀ ਬੜੀ ਲਾਡ ਲਈ ਸੀ ਬਾਬਾ ਨੇ ਉਸ ਨੂੰ ਨਾਂ ਹੀ ਦਿੱਤਾ ਸੀ ਇਹ ਦੇਵ ਕਨਿਆਈ ਤੇ ਦੇਵ ਕਨਿਆ اور ਮਾਤੇਸ਼ਵਰੀ ਸਰਸਵਤੀ ਦੀ ਪਾਲਨਾ ਬਹੁਤ ਮਿਲੀ ਉਹਨਾਂ ਨੂੰ 바ਬਾ ਦੀ ਵੀ ਪਾਲਨਾ ਮਿਲੀ ਦੀਦੀ ਮਨਮੋहिनी ਦੀ ਵੀ ਪਾਲਨਾ ਮਿਲੀ اور ਉਹ ਬਹੁਤ ਅੱਛੀ आध्यात्मिक ज्ञान और योग दी टीचर बन करके सेवाच लगी सी और नया नांगल डैम ਜਿੱਥੇ ਉਥੇ ਸੇਵਾਚ ਨਿਆ ਸੈਂਟਰ ਬ੍ਰਿਜਮੋਨ ਭਾਈ ਨਿਮਿਤ ਬਣੇ ਸੀ ਤੇ ਉਹਨਾਂ ਨੇ ਸੈਂਟਰ ਖੋਲਿਆ ਸੀ ਤੇ ਮੋहिनी ਬੈਨ ਨਯਾਨਾਂਗਲ ਸੈਂਟਰ ਤੇ ਜਾ ਕਰਕੇ ਸੇਵਾਤ ਚ ਉਪਸਥਿਤ ਹੋਈ ਸੀ। ਔਰ ਉਥੇ ਰਹਿ ਕਰਕੇ ਉਹਨਾਂ ਨੇ ਸਿਰਫ ਨਯਾਨਾਂਗਲ ਤੇ ਨਹੀਂ ਲੇਕਿਨ ਆਸ-ਪਾਸ ਹੋਰ ਵੀ ਪੰਜਾਬ ਦੇ ਕਈ ਸਥਾਨਾਂ ਚ ਜਾ ਕੇ ਸੇਵਾ ਕੀਤੀ ਸੀ। ਔਰ ਉਥੇ ਰੰਦੇ ਰੰਦੇ ਕਾਫੀ ਟਾਈਮ ਹੋ ਗਿਆ ਸੀ। ਫਿਰ ਸਨ 73 ਚ ਬ੍ਰਿਜਮੋਨ ਭਾਈ ਨੂੰ ਦਾਦੀ ਪ੍ਰਕਾਸ਼ ਬਣੀ ਜੀ ਨੇ ਦਿੱਲੀ ਸੇਵਾ ਵਾਸਤੇ ਬੁਲਾ ਲਿਆ ਔਰ ਮੋਹਿਨੀ ਬੈਣ ਨੂੰ ਮધુবন ਆਪਣੇ ਕੋਲ ਬੁਲਾ ਲਿਆ ਸੀ ਤੇ 1973 ਤੋਂ ਮੋਹਿਨੀ ਬੈਣ ਦਾਦੀ ਪ੍ਰਕਾਸ਼ ਬਣੀ ਜੀ ਦੇ ਨਾਲ ਸੇਵਾ ਚ ਐਕਟਿਵ ਰਹੀ ਬਹੁਤ ਔਰ ਮੋਹਿਨੀ ਬੈਣ ਦੀਆਂ ਤੇ ਖਾਸ ਗੱਲਾਂ ਸੀ ਕਿ ਹਰ ਤਰ੍ਹਾਂ ਦੇ ਗੱਲਾਂ 'ਚ ਉਹਨਾਂ ਨੂੰ ਰੁਚੀ ਰਹਿੰਦੀ ਸੀ meditation ਬਹੁਤ ਅੱਛੀ ਕਰਾਉਂਦੇ ਸੀ ਉਹਨਾਂ ਨੂੰ ਦੇਵੇ ਦ੍ਰਿਸ਼ਟੀ ਦਾ ਵੀ ਵਰਦਾਨ ਪ੍ਰਾਪਤ ਸੀ ਇਸ ਕਰਕੇ ਜਦੋਂ ਉਹ ਭੋਗ ਸਵੀਕਾਰ ਕਰਾਉਂਦੇ ਸੀ ਬਾਬਾ ਨੂੰ ਖਾਸ ਕਰ ਮੈਂ ਤੇ ਦੇਖਿਆ ਸੀ ਜਨਮਾਸ਼ਟਮੀ ਦੇ ਦਿਨਾਂ 'ਚ ਖਾਸ ਉਹ ਭੋਗ ਲਗਾਉਂਦੇ ਸੀ ਔਰ ਉਹਨਾਂ ਦੇ ਜ਼ਰੀਏ ਸ੍ਰੀ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਦੀ ਪਧਰਾਮਣੀ ਹੁੰਦੀ ਸੀ ਔਰ ਉਸ ਵੇਲੇ ਆ ਕਰਕੇ ਦਾਦੀ ਜੀ ਦੇ ਗੋਦ ਚ ਆ ਕੇ ਬੈਠੇਗੀ ਫਿਰ ਉਸ ਤੋਂ ਬਾਅਦ ਜੋ ਵੀ ਭਾਈ ਭੈਣ ਹੋਣਗੇ ਉੱਥੇ ਸਖੇ ਸਖੀਆਂ ਦੇ ਰੂਪ ਚ ਉਹਨਾਂ ਨਾਲ ਥੋੜਾ ਜਿਹਾ ਖੇਲ ਪਾਲ ਵੀ ਕਰੇਗੀ ਬਾਲ ਵੀ ਖੇਲੇਗੀ ਲੇਕਿਨ ਉਹ ਉਸ ਵੇਲੇ ਉਸ ਰੂਪ ਉਹਨਾਂ ਦਾ ਦੂਸਰਾ ਹੁੰਦਾ ਸੀ ਸ੍ਰੀ ਕ੍ਰਿਸ਼ਨ ਦਾ ਰੂਪ ਹੁੰਦਾ ਸੀ ਔਰ ਫਿਰ ਸਭ ਨੂੰ ਬੜਾ ਇੱਕ ਅਵਿਅਕਤ ਅਨੁਭਵ ਕਰਾ ਕਰਕੇ ਔਰ ਫਿਰ ਥੋੜਾ ਉਹਨੂੰ ਭੋਗ ਵਗੈਰਾ ਦਾਦੀ ਜੀ ਖਿਲਾਉਂਦੇ ਸੀ ਔਰ ਫਿਰ 바ਵਾ ਦੇ ਕੋਲ ਵਾਪਸ ਜਾ ਕਰਕੇ ਫਿਰ ਲੋਟ ਕਰਕੇ ਇਸ ਦੁਨੀਆ ਚ ਮੋਇਨੀ ਵੰਦੇ ਰੂਪ ਚ ਵਾਪਸ ਆ ਜਾਂਦੀ ਸੀ ਓਰੀਸਤੋ ਇਲਾਵਾ ਮੋਹਨੀ ਬੈਨ ਟੀਚਰ ਵੀ ਬਹੁਤ ਅੱਛੀ ਕਈ ਸੈਂਟਰ ਉਹਨਾਂ ਨੇ ਖੋਲੇ ਵਿਦੇਸ਼ ਯਾਤਰਾ 'ਚ ਵੀ ਗਏ ਦਾਦੀ ਜੀ ਦੇ ਨਾਲ UN 'ਚ ਵੀ ਗਏ ਔਰ ਮੇਰਾ ਖਿਆਲ ਤਿੰਨ ਚਾਰ ਵਾਰ ਤੇ ਸਾਰੀ ਦੁਨੀਆ ਦਾ ਰਾਊਂਡ ਦਾਦੀ ਜੀ ਦੇ ਨਾਲ ਲਗਾਇਆ ਮੋਹਨੀ ਬੈਨ ਵੀ ਸਾਥ ਹੁੰਦੀ ਸੀ ਔਰ ਇੱਕ ਛੋਟਾ ਜਿਹਾ ਅਨੁਭਵ ਹੈ ਕਿ ਉਹ ਜਦੋਂ ਲਾਸਟ ਤੇ ਆਸਟ੍ਰੇਲੀਆ ਗਈ ਸੀ ਤੇ ਆਸਟ੍ਰੇਲੀਆ ਇੱਕ ਰਿਟਰੀਟ ਸੈਂਟਰ ਹੈ ਆਪਣਾ ਉਹ ਰਿਟਰੀਟ ਸੈਂਟਰਸ ਥੋੜਾ ਬਾਰਿਸ਼ ਤੇ ਦਿਨ ਸੀ ਪਾਣੀ ਹੈਗਾ ਸੀ ਤੇ ਪੌਂ ਫਿਸਲ ਗਿਆ ਉੱਥੇ ਔਰ ਥੋੜਾ ਫ੍ਰੈਕਚਰ ਹੋ ਗਿਆ ਸੀ ਤੇ ਇਸ ਕਰਕੇ ਫਿਰ ਉਹਨਾਂ ਨੂੰ ਫ੍ਰੈਕਚਰ ਦੇ ਕਾਰਨ ਆਸਟ੍ਰੇਲੀਆ ਚ 10 ਹਫਤੇ ਰਹਿਣਾ ਪਿਆ ਪ੍ਰਕਾਸ਼ਮਣੀ ਦਾਦੀ ਮੋਹਿਨ ਮਨੀ ਵੈਨ ਕਰੂਣਾ ਭਾਈ ਜੋ ਉਹਨਾਂ ਦੇ ਨਾਲ ਸੀ ਉਹ ਤੇ ਵਾਪਸ ਆ ਗਏ ਤੇ ਉਹ ਜਦੋਂ ਠੀਕ ਠਾਕ ਹੋ ਗਈ ਤੇ ਫਿਰ ਉਹਨਾਂ ਨੇ ਵਾਪਸ ਆਉਣਾ ਸੀ ਤੇ ਜਦੋਂ ਉਹਨਾਂ ਦਾ ਫਾਈਨਲ ਪ੍ਰੋਗਰਾਮ ਵਾਪਸੀ ਦਾ ਸੀ ਤੇ ਉਹਨਾਂ ਨੇ ਖਾਸ ਫੋਨ ਕੀਤਾ ਨਿਰਵੈਰ ਭਾਈ ਹੁਣ ਡਾਕਟਰ ਨੇ ਮੈਨੂੰ ਛੁੱਟੀ ਦੇ ਦਿੱਤੀ ਐ ਤੇ ਮੈਂ ਫਲਾਨੀ ਤਾਰੀਖ ਵਾਪਸ ਆ ਰਹੀ ਐ ਬੰਬੇ ਪਹੁੰਚਾਂਗੀ ਤੇ ਤੁਸੀਂ ਮੈਨੂੰ ਲੈਣ ਵਾਸਤੇ ਆਉਣਾ ਈ ਤੇ ਮੈਂ ਕਿਹਾ ਬਹੁਤ ਅੱਛੀ ਗੱਲ ਐ ਮੈਂ ਆ ਜਾਾਂਗਾ ਤੇ ਮੈਂ ਮੌਂਟਾਬੂ ਤੋਂ ਫਿਰ ਖਾਸ ਬੰਬੇ ਆਇਆ ਉਹਨਾਂ ਨੂੰ ਰਿਸਿਵ ਕੀਤਾ ਯੋਗਨੀ ਵੈਨ ਬੰਬੇ ਵਾਲੀ ਉਹ ਮੇਰੇ ਨਾਲ ਸੀ ਔਰ ਬੜੇ ਪਿਆਰ ਨਾਲ ਉਹਨਾਂ ਨੂੰ ਅਸੀਂ ਰਿਸਿਵ ਕਰਕੇ ਵਿਲੇ ਪਰਲੇ ਸੈਂਟਰ ਬੰਬੇ ਚ ਲੈ ਆਏ ਔਰ ਉੱਥੇ ਆ ਕੇ ਪਹਿਲੇ ਰੈਸਟ ਕੀਤੀ ਫਿਰ ਦੂਸਰ ਸਵੇਰ ਉੱਠ ਕਰਕੇ ਨਾਸ਼ਤਾ ਪਾਣੀ ਕੀਤਾ ਕਲਾਸ ਕਰਾਈ ਉਹਨਾਂ ਨੇ ਅਨੁਭਵ ਸੁਣਾਇਆ ਆਸਟ੍ਰੇਲੀਆ ਦੀ ਸੇਵਾ ਦਾ ਔਰ ਉਸ ਤੋਂ ਬਾਅਦ ਫਿਰ ਵਾਪਸ ਮధు ਬਨਾਏ ਸੀ ਉਹਨਾਂ ਦੀ ਤਬੀਅਤ ਲਾਸਟ ਦੇ ਦਿਨਾਂ 'ਚ ਥੋੜੀ ਜੀ ਐਹੋ ਜਿਹੀ ਸੀ ਕਿ ਇੱਕ ਤੇ ਅਸਥਮਾ ਦੀ ਪ੍ਰੋਬਲਮ ਸੀ ਔਰ ਦੂਸਰਾ 슈ਗਰ ਤੇ ਉਹਦੇ ਕਰਕੇ ਕਾਫੀ ਉੱਪਰ-ਨੀਚੇ ਹੋ ਜਾਂਦੀ ਸੀ ਤਬੀਅਤ ਪਰ ਡਾਕਟਰ ਸतीश ਗੁਪਤਾ ਇੱਥੇ ਸਾਡੇ ਮੈਡੀਕਲ ਆਫਸਰ ਇਨਚਾਰਜ ਆਪਣੇ ਟਰੋਮਾ ਸੈਂਟਰ ਦੇ ਤੇ ਉਹ ਉਹਨਾਂ ਨੂੰ ਬੁਲਾ ਲੈਂਦੇ ਸੀ ਫਟਾਫਟ ਆ ਕਰਕੇ ਇੰਜੈਕਸ਼ਨ ਵਗੈਰਾ ਦੇ ਕੇ ਸੰਭਾਲ ਲੈਂਦੇ ਸੀ ਲਾਸਟ ਤੇ 4 ਸਾਲ ਹੋ ਗਏ ਉਸ ਗੱਲ ਨੂੰ ਤੇ 4 ਸਾਲ ਪਹਿਲੇ ਤਬੀਅਤ ਦੇ ਕਾਰਨ ਉਹਨਾਂ ਨੂੰ ਅੰદાવાદ ਜ਼ਾਇਡਸ ਹਸਪੀਟਲ ਸੈਡਮਿਟ ਕੀਤਾ ਸੀ ਔਰ ਉੱਥੇ ਕਾਫੀ ਆਈਸੀਯੂ ਚ ਉਹਨਾਂ ਦੀ ਤਬੀਅਤ ਨੂੰ ਠੀਕ ਕਰਨ ਵਾਸਤੇ ਜੋ ਅੱਛੇ ਤੇ ਅੱਛੇ ਡਾਕਟਰਸ ਬਹੁਤ ਧਿਆਨ ਦੇ ਰਹੇ ਸੀ ਲੇਕਿਨ 7 ਸਤੰਬਰ ਉਸ ਦਿਨ ਸਵੇਰੇ ਦੇ ਟਾਈਮ ਉਹਦਾ ਪਤਾ ਲੱਗਿਆ ਕਿ ਉਹਨਾਂ ਦੀ ਤਬੀਅਤ ਹੁਣ ਉੜੀ ਜ਼ਿਆਦਾ ਖਰਾਬ ਹੈ ਉਸ ਵੇਲੇ ਮੈਂ ਅੰਮਦਾਬਾਦ ਸੀ ਉਹਨਾਂ ਦੇ ਕੋਲ ਗਏ ਦੇਖਿਆ ਉਹਨਾਂ ਨੂੰ ਬੜੇ ਪਿਆਰ ਨਾਲ ਉਹਨਾਂ ਦੇ ਸਿਰ ਤੇ ਹੱਥ ਫੇਰਾ ਕਰਕੇ ਕਿਉਂਕਿ ਉਹ ਡਾਕਟਰ ਉਸ ਨੇ ਛੁੱਟ ਇੱਕ ਸਾਨੂੰ ਇਸ਼ਾਰਾ ਦੇ ਦਿੱਤਾ ਸੀ ਕਿ ਹੁਣ ਮੁਸ਼ਕਿਲ ਹੈ ਤੇ ਬੜੇ ਪਿਆਰ ਨਾਲ ਮੋਇਨੀ ਬੈਨ ਨੂੰ विदाई ਦਿੱਤੀ ਉਸ ਵੇਲੇ ਥੋੜਾ ਪਿਆਰ ਨਾਲ ਉਹਨਾਂ ਦੇ ਸਿਰ ਤੇ ਹੱਥ ਫੇਰਾ ਕਰਕੇ ਥੋੜੀ ਦੋ ਦੋ ਚਾਰ ਮਿੱਠੀ ਮਿੱਠੀ ਗੱਲਾਂ ਉਹਨਾਂ ਦੇ ਕੰਨ 'ਚ ਦਸੀਆਂ ਔਰ ਉਹਨਾਂ ਨੂੰ ਪਿਆਰ ਨਾਲ ਕਿਹਾ ਕਿ ਹੁਣ ਬਾਬਾ ਤੁਹਾਨੂੰ ਬੁਲਾ ਰਹੀ ਹੈ ਉਹਨਾਂ ਬਾਬਾ ਦੀ ਗੋੱਚ ਜਾ ਕਰਕੇ ਆਰਾਮ ਕਰੋ ਉਹ ਸੁਣਦੇ ਸੁਣਦੇ ਉਹਨਾਂ ਦੀ ਅੱਖਾਂ 'ਚ ਪਾਣੀ ਵੀ ਆ ਗਿਆ ਸੀ ਔਰ ਮੇਰਾ ਹੱਥ ਪਕੜਿਆ ਹੋਇਆ ਸੀ ਉਹਨਾਂ ਨੇ ਔਰ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਤੋਂ ਛੁੱਟੀ ਲੈ ਕੇ ਖੁਦ ਸੈਂਟਰ ਤੇ ਗਿਆ ਔਰ 15 ਮਿੰਟ ਤੋਂ ਬਾਅਦ ਫੋਨ ਆਇਆ ਕਿ ਮੋਇਨੀ ਬੇਨ ਬਾਬਾ ਦੇ ਗੋਦ ਚ ਚਲੀ ਗਈ। ਤਾਂ ਇਹ ਸ਼ਾਰਟ ਤੁਹਾਨੂੰ ਕਹਾਣੀ ਸੁਣਾਈ ਹੈ। ਜੀ ਬਹੁਤ ਅੱਛਾ ਅਨੁਭਵ ਤੁਹਾਡਾ ਬਹੁਤ ਅੱਛਾ ਕਿਉਂਕਿ ਤੁਸੀਂ بڑے بڑے ਵਿਅਕਤੀ ਨਾਲ ਰਹੇ ਤੁਹਾਡਾ ਅਨੁਭਵ ਅਸੀਂ ਸੁਣ ਸਕਦੇ ਕਿਉਂਕਿ ਇਹ ਅਨੁਭਵ ਸਾਡੇ ਜੀਵਨ ਚ ਬਹੁਤ ਇੱਕ ਸਿੱਖਿਆ ਲੈ ਕੇ ਆਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਪ੍ਰਸ਼ਨਾਂ ਦਾ ਉੱਤਰ ਵੀ ਦਿੱਤਾ ਅਗਲੀ ਕੜੀ ਚ ਫਿਰ ਤੁਹਾਡੇ ਵਰਗੋ ਕੁਝ ਪ੍ਰਸ਼ਨ ਲੈ ਕੇ ਆਉਂਗੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਤਰੀਕ